ਅਸਲਾਮੁ ਅਲੈਕੁਮ ਦੋਸਤੋ ਤੁਸੀਂ ਵੇਖ ਰਹੇ ਹੋ ਪਾਕ ਪੰਜਾਬ ਟੀਵੀ ਤੇ ਮੈਂ ਆ ਤੁਹਾਡਾ ਦੋਸਤ ਅਬਦਲ ਵਾਹਿਦ ਦੋਸਤੋ ਮਾਸ਼ਾਅੱਲਾ ਅੱਜ ਮੈਂ ਤੁਹਾਡੇ ਵਾਸਤੇ ਇਹ 15 ਏਕੜ ਜ਼ਰਾਈ ਜ਼ਮੀਨ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਇਨਸ਼ਾਅੱਲਾ ਉਮੀਦ ਹੈ ਕਿ ਦੋਸਤਾਂ ਨੂੰ ਇਹ ਬੜੀ ਪਸੰਦ ਆਵੇਗੀ ਇਹ ਵੇਖੋ ਦੋਸਤੋ ਇੱਕ ਸਿਰ ਤੇ ਲੱਗਿਆ ਕਮਾਂਦ ਤੇ ਦੂਸਰੀ ਸਿਰ ਤੇ ਲੱਗੀ ਹੈ ਮਕਈ ਆ ਵੇਖੋ ਇਦਰ ਮਿਆਂ ਦੇ ਵਿੱਚ ਜਿਹੜਾ ਰਸਤਾ ਹੈਗਾ ਇਹ ਛੱਡਿਆ ਮਾਲਕ ਨੇ ਆਪਣਾ ਆਜ਼ਾਦੀ ਆਪਣੇ ਵਾਸਤੇ ਇੱਕ ਸਾਈਡ ਤੇ ਮਕਈ ਲੱਗੀ ਏ ਤੇ ਦੂਸਰੀ ਸਾਈਡ ਤੇ ਲੱਗਿਆ ਕਮਾਂਦ ਮੇਰੇ ਪਰਾਵਾਂ ਦੇ ਸਾਹਮਣੇ ਰਸਤਾ ਜਿਹੜਾ ਦਰਮਿਆਨ ਦੇ ਵਿੱਚ ਆ ਰਿਹਾ ਉਹ ਛੱਡਿਆ ਮਾਲਕ ਨੇ ਆਪਣਾ ਆਜ਼ਾਦੀ ਇਹ ਵੇਖੋ ਆਪਣੀ ਜ਼ਮੀਨ ਦੇ ਵਿੱਚੋਂ ਦੀ ਜਿਹੜਾ ਬਾਹਰ ਹੈਗਾ ਜਿੱਥੇ ਕਿ ਲੱਗੇ ਨੇ ਦਰਖਤ ਆਪਾਂ ਦੋਸਤਾਂ ਨੂੰ ਦੁਬਾਰਾ ਫਿਰ ਦਿਖਾ ਦੇਵਾਂਗੇ ਬਾਹਰ ਜਾ ਕੇ ਉਰਸਤਾ ਸਰਕਾਰੀਏ ਦੋਸਤੋ ਆਪਣਾ ਖਾਸ ਇਲਾਕਾ ਜਿੱਥੇ ਕਿ ਆਪਣੀ ਰਿਹائش ਹੈ ਯਾਨੀ ਕਿ ਤਹਿਸੀਲ ਆਰਫਵਾਲਾ ਜ਼ਿਲ੍ਹਾ ਪਾਕਪਤਨ ਤੇ ਦੋਸਤੋ ਨੂੰ ਪਤਾ ਹੈ ਕਿ ਆਰਫਵਾਲੇ ਸ਼ਹਿਰ ਦੇ ਵਿੱਚ ਆਪਣਾ ਆਫਿਸ ਹੈਗਾ ਜੀ ਤੇ ਇਹ 15 ਏਕੜ ਜ਼ਮੀਨ ਤਕਰੀਬਨ ਦੋਹਾਂ ਸ਼ਹਿਰਾਂ ਦੇ ਦਰਮਿਆਨ ਚ ਆ ਜਾਂਦੀ ਜੀ ਯਾਨੀ ਕਿ ਆਰਫਵਾਲੇ ਸ਼ਹਿਰ ਤੋਂ ਵੀ ਇਹ ਤਕਰੀਬਨ 15 16 ਕਿਲੋਮੀਟਰ ਫਾਸਲੇ ਤੋਂ ਮੌਜੂਦ ਹੈ ਤੇ ਪਾਕਪਤਨ ਸ਼ਹਿਰ ਤੋਂ ਵੀ ਇਹ 15-16 ਕਿਲੋਮੀਟਰ ਫਾਸਲੇ ਤੇ ਮੌਜੂਦ ਹੈ ਜੀ ਦੋਸਤੋ ਇਹ ਰਸਤਾ ਜਿਹੜਾ ਕਿ ਬਾਹਰ ਹੈਗਾ ਹੈ ਵੇਖੋ ਇਹ ਰਸਤਾ ਸਰਕਾਰੀ ਹੈ ਜਿਹੜਾ ਕਿ ਮੌਕੇ ਤੱਕ ਆ ਰਿਹਾ ਹੈ ਤੇ ਪੱਕਾ ਰਸਤਾ ਤਕਰੀਬਨ ਕੁਈ ਯਾਨੀ ਕਿ ਪੱਕਾ ਲਿੰਕ ਰੋਡ ਤਕਰੀਬਨ ਕੁਈ 1.5 ਕਿਲੋਮੀਟਰ ਫਾਸਲੇ ਤੇ ਰਹਿ ਜਾਂਦਾ ਜੀ ਦੋਸਤੋ ਆਰਿਫ ਵਾਲਾ ਪਾਕਪਤਨ ਮেইন ਰੋਡ ਇਹ ਜ਼ਮੀਨ ਤੋਂ ਤਕਰੀਬਨ 4 ਕਿਲੋਮੀਟਰ ਦੇ فاਸਲੇ ਤੇ ਮੌਜੂਦ ਹੈ ਤੁਸੀਂ ਇਹ ਗੱਲ ਨੋਟ ਕਰ ਲੈਣੀ ਹੈ ਤਹਿਸੀਲ ਆਰਫਵਾਲਾ ਜ਼ਿਲ੍ਹਾ ਪਾਕਪਤਨ ਤਕਰੀਬਨ ਦੋਹਾਂ ਸ਼ਹਿਰਾਂ ਦੇ ਦਰਮਿਆਨ ਦੇ ਵਿੱਚ ਇਹ ਰਕਬਾ ਮੌਜੂਦ ਹੈ ਤੇ ਆਰਫਵਾਲਾ ਪਾਕਪਤਨ ਮੇਨ ਰੋਡ ਜਿਹਨੂੰ ਆਪਾਂ ਕਹਿੰਦੇ ਆ ਮਲਤਾਨ ਮੇਨ ਰੋਡ ਜਾਂ ਫਿਰ ਅਗਰ ਆਪਾਂ ਇੰਟਰਨੈਟ ਤੇ ਚੈੱਕ ਕਰਾਂਗੇ ਉਥੇ ਲਿਖਿਆ ਆਵੇਗਾ ਦਿੱਲੀ ਮੇਨ ਰੋਡ ਕਿਉਂਕਿ ਇੰਟਰਨੈਟ ਦੇ ਹਿਸਾਬ ਨਾਲ ਇਹ ਦਿੱਲੀ ਮੇਨ ਰੋਡ ਹੈ ਤੇ ਆਪਣੇ ਹਿਸਾਬ ਨਾਲ ਇਹ ਨੂੰ ਆਪਾਂ ਮਲਤਾਨ ਮੈਨ ਰੋਡ ਕਹਿੰਦੇ ਆ ਤੇ ਪਾਕਪਤਨ ਮੈਨ ਰੋਡ ਕਹਿੰਦੇ ਆ ਕਿਉਂਕਿ ਇੱਕ ਸਾਈਡ ਤੇ ਪਾਕਪਤਨ ਸ਼ਹਿਰ ਹੈ ਤੇ ਦੂਸਰੀ ਸਾਈਡ ਤੇ ਹਰਫਲਾ ਸ਼ਹਿਰ ਹੈ ਦੋਵਾਂ ਦੇ ਦਰਮਿਆਨ ਦੇ ਵਿੱਚ ਇਹ ਜ਼ਮੀਨ ਹੈ ਆਪਣੇ ਕੋਲੇ 15 ਏਕੜ ਦੋਸਤੋ ਇਹ ਪਾਕਿਸਤਾਨ ਦਾ ਸਭ ਤੋਂ ਲੰਮਾ ਤੇ ਸਭ ਤੋਂ ਪੁਰਾਣਾ ਵਾਖਦ ਮੈਨ ਰੋਡ ਹੈ ਕਿ ਗੱਲ ਹਕੀਕਤ ਹੈ ਤੁਸੀਂ ਇੰਟਰਨੈਟ ਤੇ ਚੈੱਕ ਕਰ ਸਕਦੇ ਜੀ ਦਿੱਲੀ ਮੈਨ ਰੋਡ ਜਿਹੜਾ ਕਿਸੇ ਦੌਰ ਤੇ ਜਾ ਰਹੇ ਸੀ ਮਲਤਾਨ ਤੋਂ ਲੈ ਕੇ ਡਿੱਲੀ ਤੱਕ ਇਹ ਹਜ਼ਾਰ ਮਲਤਾਨ ਮੇਨ ਰੋਡ ਆਪਣੀ ਜ਼ਮੀਨ ਤੋਂ 4 ਕਿਲੋਮੀਟਰ ਤੇ ਪੱਕਾ ਰਸਤਾ ਯਾਨੀ ਕਿ ਲਿੰਕ ਰੋਡ ਆਪਣੀ ਜ਼ਮੀਨ ਤੋਂ 1.5 ਕਿਲੋਮੀਟਰ ਤੇ ਮੌਕੇ ਤੱਕ ਆ ਰਿਹਾ ਹੈ ਰਸਤਾ ਸਰਕਾਰੀ ਤੇ ਉਸ ਰਸਤੇ ਸਰਕਾਰੀ ਤੇ ਆਪਣੀ ਜ਼ਮੀਨ ਦਾ तकरीबन ਕੁਝ 2.5 ਏਕੜ ਲੱਗਦਾ ਹੈ ਫਰੰਟ ਰਸਤਾ ਸਰਕਾਰੀ ਹੈ ਤੇ 2.5 ਏਕੜ ਰਸਤੇ ਤੇ ਫਰੰਟ ਹੈ ਗਾ ਜੇ ਦੋਸਤੋ ਪੱਕੇ ਵੱਟ ਦੀ ਜ਼ਮੀਨ ਹੈਗੀ ਜੇ ਤੇ ਇਹ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਆਪਣੇ ਇਲਾਕੇ 'ਚ ਕਿਹਸੀਆਂ ਜ਼ਮੀਨਾਂ ਹੁੰਦੀਆਂ ਨੇ ਇਸ ਜ਼ਿਆਦਾ ਠੇਕਾ ਤੇ ਘੱਟ ਕੀਮਤ ਵਾਲੀ ਜ਼ਮੀਨ ਹੁੰਦੀ ਆਰਫਲ ਦੇ ਇਲਾਕੇ ਦੀ ਇਹਦੇ ਵਿੱਚ 1% ਵੀ ਗਲਤੀ ਬਿਆਨੀ ਨਹੀਂ ਹੁੰਦੀ ਆਪਣੇ WhatsApp ਇਸ ਵਾਸਤੇ 24 ਘੰਟੇ ਔਨ ਹੁੰਦੇ ਨੇ ਇਹ ਨੰਬਰ نیچے ਵਾਲਾ ਜਿੱਥੇ ਲਿਖਿਆ ਹੈ ਨਾ ਅਬਦਲ ਵਾਹਿਦ 5153251 ਦੋਸਤੋ ਇਹ ਮੇਰਾ WhatsApp ਨੰਬਰ ਹੈ ਕਾਲ ਨੰਬਰ ਨਹੀਂ ਸਿਰਫ WhatsApp ਨੰਬਰ ਹੈ ਤੁਸੀਂ ਵਾਇਸ ਮੈਸੇਜ ਕਰੋ ਚੈਟ ਕਰੋ ਤੁਹਾਨੂੰ ਫੌਰਨ ਰਿਪਲਾਈ ਮਿਲੇਗੀ ਇਹ ਹੁੰਦਾ ਇੱਕ ਨੰਬਰ ਕੰਮ ਦਾ ਸਬੂਤ ਦੋਸਤੋ ਆਸ-ਪਾਸ ਸੱਜੇ ਖੱਬੇ ਜ਼ਮੀਨ ਦੀ ਕੀਮਤ ਇਹ ਚੱਲਦੀ ਪਈ ਲੇਕਿਨ ਠੇਕੇ ਕੰਮ ਹੁੰਦੇ ਨੇ ਦੋਸਤੋ ਸਾਲ ਦਾ ਨਹਿਰੀ ਪਾਣੀ ਮੌਜੂਦ ਹੈਗਾ ਜੀ ਟਰਪੈਨ ਵਗੈਰਾ ਇਹ ਜ਼ਮੀਨ ਦੇ ਅੰਦਰ ਮੌਜੂਦ ਨਹੀਂ ਹੈਗੀ ਲੇਕਿਨ ਸਾਲ ਦਾ ਨਹਿਰੀ ਪਾਣੀ ਮੌਜੂਦ ਹੈਗਾ ਜੀ ਯਾਨੀ ਕਿ ਮਾਲਕ ਸਿਰਫ ਨਹਿਰੀ ਪਾਣੀ ਦੇ ਜ਼ਰੀਏ ਚੜੇ ਕਿ ਜ਼ਮੀਨ ਜਿਹੜਾ ਕਿ ਇਹਦੀ ਪੈਦਾਵਾਰ ਲੈਦੇ ਆ ਜੀ ਰਿਪੈਂਡ ذریعے ਨਹੀਂ ਸਿਰਫ ਨਹਿਰੀ ਪਾਣੀ ਤੇ ਦੋਸਤੋ 50 ਲੱਖ ਰੁਪਿਆ فی ਏਕੜ ਦੇ ਹਿਸਾਬ ਨਾਲ ਇਹ ਜ਼ਮੀਨ ਦੀ ਮਾਲਕ ਨੇ ਡਿਮਾਂਡ ਕੀਤੀ ਹੈ ਦੋਸਤੋ ਹੁਣ ਉਹ ਦੌਰ ਗਿਆ ਜਦੋਂ ਆਪਾਂ ਨੂੰ 30-35 ਲੱਖ ਦੇ ਵਿੱਚ فی ਏਕੜ ਆਪਣੇ ਲਾਗੇ ਜੂ ਜ਼ਮੀਨ ਮਿਲਦੀ ਸੀ ਹੁਣ 50 ਲੱਖ ਦੀ ਮਾਨ ਚੱਲਦੀ ਪਈ ਇੱਥੇ 40-45 50 ਜਿਵੇਂ ਕਿ ਆਪਾਂ ਲੋਕੇਸ਼ਨ ਦੇ ਹਿਸਾਬ ਨਾਲ ਜਿਹੜਾ ਕਿ ਜ਼ਮੀਨ ਦੀ ਕੀਮਤ ਹੁੰਦੀ ਹੈ 40-45 50 ਲੱਖ ਰੁਪਿਆ ਇੱਥੇ ਹੁਣ ਕੀਮਤ ਚੱਲਦੀ ਪਈ ਜੇ ਤੇ ਇਹ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ 50 ਲੱਖ ਰੁਪਿਆ ਤੇ 2,60,000 ਰੁਪਿਆ ਇਹ ਜ਼ਮੀਨ ਦਾ ਠੇਕਾ ਹੈਗਾ ਇਹ ਸਾਲ ਦਾ ਫੀਕੜ ਦੇ حساب ਨਾਲ ਯਾਨੀ ਕਿ ਕਿਸੇ ਦੋਸਤ ਨੇ ਇਹ ਜ਼ਮੀਨ ਖਰੀਦ ਕੇ ਦੇਣੀ ਹੋਵੇ ਨਾ ਠੇਕੇ ਤੇ ਤੇ ਠੇਕਾ ਮਿਲੇਗਾ 2,60,000 ਰੁਪਿਆ ਫੀ ਏਕੜ ਦੇ حساب ਨਾਲ ਸਾਲ ਦਾ ਜਦੋਂ ਅਜਤੋਂ ਕੋਈ 3 ਸਾਲ ਪਹਿਲੇ ਜ਼ਮੀਨ ਦੀ ਕੀਮਤ ਹੁੰਦੀ ਸੀ ਨਾ 30-35 ਲੱਖ ਰੁਪਿਆ ਆਪਣੇ ਇਲਾਕੇ 'ਚ ਉਹ ਉਹ ਜ਼ਮੀਨ ਦਾ ਠੇਕੇ ਵੀ ਹੁੰਦੇ ਸੀ 1.5 ਲੱਖ ਰੁਪਿਆ ਸਾਲ ਦਾ ਫੀ ਏਕੜ ਦੇ حساب ਨਾਲ ਦੋਸਤੋ ਹੁਣ ਉਹ ਗੱਲ ਗਈ ਜਿਵੇਂ ਕਿਆਸਤਾ ਆਸਤਾ ਵਕਤ ਗੁਜ਼ਰਦਾ ਹੈ ਤੁਸੀਂ ਇਹ ਗੱਲ ਨੋਟ ਕਰਨੀ ਕਿ ਜ਼ਮੀਨ ਦੀ ਕੀਮਤ ਠੇਕੇ ਵਗੈਰਾ ਇਹ ਵਧਣੇ ਨੇ ਘੱਟ ਹੋਣ ਦੇ ਚਾਂਸ ਨਹੀਂ ਹੈਗੇ ਜੇ ਕਈ ਲੋਕ ਕਹਿੰਦੇ ਨੇ ਨਾ ਕਿ ਮੱਕੀ ਦਾ ਰੇਟ ਬਹੁਤ ਘਟਾਗਾ ਸੀ ਠੇਕੇ نیچے ਆ ਜਾਣਗੇ ਨਹੀਂ ਦੋਸਤੋ ਠੇਕੇ نیچے ਨਹੀਂ ਆਣੇਗੇ ਇਹ ਠੇਕੇ ਉੱਪਰ ਜਾਣੇ ਨੇ ਤੇ ਜ਼ਮੀਨ ਦੀ ਕੀਮਤ ਉੱਪਰ ਜਾਣੀ ਜੇ ਨੰਬਰ ਉੱਪਰ ਵਾਲਾ भाई शफकत साहब का तुम इस नंबर पर कॉल करनी है नंबर नीचे वाला दोस्तों मेरा वट्सअप नंबर है जी थू फौरन वट्सअप के जरिए रिप्लाई मिलेगी तो वॉइस मैसेज करना या फिर चैट करनी है इन शा बरते ज़िंदगी बफजले खुदा मिला अगली वीडियो तो अल्लाह हाफिज